ਪਰ ਉਹ ਤੋਂ ਬਿਆਨੋਂ ਸਾਨੂੰ ਇੱਕੋ ਹੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਸਾਰਾ ਮਾਰਗ ਜਿਹੜਾ ਸੰਤ ਮੱਤ ਦਾ ਸਾਡੇ ਅੰਦਰ ਹੈ ਔਰ ਸਾਡੀ ਅੱਖਾਂ ਤੋਂ ਸ਼ੁਰੂ ਹੁੰਦਾ ਹੈ ਅੱਖਾਂ ਦੇ ਪਿੱਛੋਂ ਸ਼ੁਰੂ ਹੁੰਦਾ ਹੈ ਔਰ ਸਿਰ ਦੇ ਉੱਪਰ ਤੱਕ ਜਾਂਦਾ ਹੈ ਜੇ ਅਸੀਂ ਧਿਆਨ ਅੰਦਰ ਰੱਖਾਂਗੇ ਤਾਂ ਸਾਡਾ ਸੰਤ ਮੱਤ ਸ਼ੁਰੂ ਹੋਏਗਾ ਨਹੀਂ ਤਾਂ ਸਮਝੋ ਬਾਹਰ ਦੇ ਬਾਹਰ ਰਵਾਂਗੇ ਅਸੀਂ ਸਾਰੇ ਬਾਹਰ ਬੁੱਕ ਹੋਏ ਹੋਏ ਆਂ ਔਰ ਅਸੀਂ ਕੋਈ ਅੰਦਰ ਦਾ ਧਿਆਨ ਨਹੀਂ ਕਰਦੇ ਬਾਹਰ ਹੀ ਬਾਹਰ ਦੀਆਂ ਚੀਜ਼ਾਂ ਸੋਚਨੇ ਆਂ ਜੇ ਤੁਸੀਂ ਫਾਇਦਾ ਉਠਾਣਾ ਹੈ ਸੰਤ ਮੱਤ ਦਾ ਕਿਸੇ ਸਤਗੁਰ ਦਾ ਕੋਲੋਂ ਕੋ ਜੋ ਧਿਕਸ਼ਾ ਲੈਂਦੇ ਹੋ ਨਾਮ ਲੈਂਦੇ ਹੋ ਉਹਦਾ ਫਾਇਦਾ ਉਠਾਣਾ ਹੈ ਤੇ ਹਰ ਰੋਜ਼ ਅੱਖਾਂ ਦੇ ਪਿੱਛੇ ਅੰਦਰ ਬੈਠੋ ਔਰ ਭਜਨ ਸਿਮਰਨ ਕਰੋ ਜਿਸਾ ਤੁਹਾਨੂੰ ਸਮਝਾਇਆ ਗਿਆ ਜੇ ਅੱਖਾਂ ਬੰਦ ਕਰਕੇ ਵੈਸੇ ਬੈਠ ਜਾਓ ਤੇ ਧਿਆਨ ਕਿਤੇ ਹੋਰ ਜਾਵੇ ਉਹਦਾ ਕੋਈ ਫਾਇਦਾ ਨਹੀਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਸਮਝੋ ਕੀ ਇਹ ਤੁਹਾਡਾ ਮਕਾਨ ਹੈ ਇਹ ਸਰੀਰ ਨਹੀਂ ਹੈ ਇਹ ਮਕਾਨ ਹੈ ਤੁਸੀਂ ਇਸ ਮਕਾਨ ਚ ਬੈਠੇ ਹੋਏ ਹੋ ਇਹ 6ਵੀਂ ਮੰਜ਼ਲ ਤੇ ਬੈਠੇ ਹੋਏ ਹੋ ਕਿਉਂਕਿ 6 ਚੱਕਰ ਤੁਹਾਡੇ ਥੱਲੇ ਰਹਿ ਗਏ ਇਸ ਕਰਕੇ 6ਵੀਂ ਮੰਜ਼ਲ ਤੇ ਬੈਠੇ ਹੋਏ ਹੋ ਪਿੱਛੇ ਰਾਮ ਨਾਲ ਬੈਠੋ ਬਿਲਕੁਲ ਇਹਨੂੰ ਆਪਣਾ ਕਮਰਾ ਬਣਾ ਲਓ ਕਿ ਸਾਡਾ ਕਮਰਾ ਹੈਗਾ ਜਿਹਦੇ ਅੰਦਰ ਸਿ ਭਜਨ ਕਰਨਾ ਹੈ ਬਾਹਰ ਨਹੀਂ ਕਰਨਾ ਐਨੀ ਸਮਝ ਨਾ ਕਿ ਸਰੀਰ ਨਾਲ ਬਾਹਰ ਬੈਠ ਕੇ ਭਜਨ ਕਰਨੇ ਪਏ ਭਜਨ ਸ਼ੁਰੂ ਹੀ ਹੁੰਦਾ ਹੈ ਅੱਖਾਂ ਦੇ ਪਿੱਛੇ ਤੁਸੀਂ ਜੇ ਆਪਣਾ ਧਿਆਨ इस गल तो शुरू नहीं करोगे तो बार के बार बैठे रहोगे मेरे दोस्त मित्र है चाली चाली साल तो पहले नाम लिया होया और आकर दसद कुछ नहीं मिले मिलेगा कितों बहार बैठे होए उस समझते अख मीट के बह जाओ भजन सिमरन हो गया है किस तरह हो सकता है इस करके जे तुम्हें कोई फायदा उठाया भजन सिमरन को तो पहली है कि तुम्हें अखा के पिछे कमरा बना के अपना बैठो वही थी गुफा है ਉਹ ਲੋਕੀ ਉਥੇ ਡੇਰੇ ਜਾਂਦੇ ਸੀ ਗੁਫਾ ਚ ਬੈਠਦੇ ਸੀ ਕਿ ਕੋਈ ਬਾਹਰੋਂ ਸਾਡਾ ਰੋਲਰ ਨਾ ਪਵੇ ਲਾਈਟ ਨਾ ਆਵੇ ਕੁਛ ਨਾ ਰੋਲਰ ਨਾ ਆਵੇ ਤੇ ਆਪਣੇ ਆਪੇ ਰਾਮ ਨਾਲ ਬੈਠਦੇ ਸੀ ਤੇ ਵੱਡੇ ਮਹਾਰਾਜੀ ਕਹਿੰਦੇ ਸੀ ਕਿ ਗੁਫਾ ਤਾਂ ਸੜੀ ਅਜ਼ਲਰ ਹੈ ਗੁਫਾ ਬਾਹਰ ਨਹੀਂ ਆਏਗੀ ਐ ਠੀਕ ਹੈ ਤੁਸੀਂ ਬਾਹਰ ਬੈਠਦੇ ਹੋ ਪਰ ਜੇ ਬਾਹਰ ਦੀ ਗੁਫਾ ਨੂੰ ਸਮਝਗੇ ਤੁਹਾਨੂੰ ਕੁਝ ਮਿਲ ਜਾਏਗਾ ਅਚਾਨਨ ਮਿਲ ਜਾਏਗਾ ਉਥੇ ਕੁਝ ਨਹੀਂ ਮਿਲਣਾ ਐ ਗੁਫਾ ਸੜੀ ਜੇ ਅੰਦਰ ਸੀ ਬੈਠਣਾ ਸੋ ਪਹਿਲੀ ਗੱਲ ਹੈ ਕਿ ਖਾ ਮੀਟ ਕੇ ਆਪਣੇ ਆਪ ਨੂੰ ਸਮਝੋ ਕਿ ਸਿਰ ਦੇ ਅੰਦਰ ਬੈਠੇ ਹੋਏ ਹੋ ਔਰ ਤੁਹਾਡੀ 6ਵੀਂ ਮੰਜ਼ਲ ਹੈ ਚੰਗਾ ਪੱਕਾ ਮਕਾਨ ਸਭ ਜੋ ਬਣਿਆ ਆਇਆ ਹੈ ਔਰ ਐਜਡੇ ਜਿਹੜੀ ਤੁਹਾਡਾ ਫਲੋਰ ਹੈਗਾ ਇਹ ਜਿਹੜੀ ਛੱਤ ਇਹਦੀ ਹੈਗੀ ਹੈ ਉੱਪਰ ਦੀ ਛੱਤ ਤੇ ਇਹ ਛੱਤ ਜਿਹੜੀ ਇਹਦੇ ਦਰਮਿਆਨ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਬੈਠਣਾ ਹੈ ਹੋਰ ਕਿਤੇ ਨਹੀਂ ਔਰ ਇਹਦੇ ਵਿੱਚ ਵੀ ਬਿਲਕੁਲ ਇਹ ਦਰਮਿਆਨ ਸੈਂਟਰ 'ਚ ਬੈਠਣਾ ਹੈ ਇੱਕ ਪਾਸੇ ਨਹੀਂ ਪਿੱਛੇ ਲੇਟ ਕੇ ਨਹੀਂ ਬੋਲਣਾ ਬੈਠਣਾ ਸੈਂਟਰ 'ਚ ਬੈਠਣਾ ਹੈ ਕਈ ਗੱਲਾਂ ਹੋਣਗੀਆਂ ਤੁਹਾਡੇ ਭਜਨ ਸਿਮਰਨ ਵਿੱਚ ਤੁਹਾਡਾ ਧਿਆਨ ਜਾਏਗਾ ਹੋਰ ਚੀਜ਼ਾਂ ਵਿੱਚ ਤੁਸੀਂ ਚਾਹੇ ਕੋਈ ਚੀਜ਼ਾਂ ਆਜਲ ਧਿਆਨ ਆ ਜਾਏ ਉਹ ਜਗ੍ਹਾ ਨਹੀਂ ਛੱਡਣੀ ਸੈਂਟਰ ਦੀ ਇਹ ਬੜੀ ਵੱਡੀ ਗੱਲ ਹੈ ਉਹ ਜਗ੍ਹਾ ਨਹੀਂ ਛੱਡਣੀ ਕੁਝ ਹੋ ਜਾਏ ਤਿਆਸ ਕਰਕੇ ਜਦੋਂ ਤੁਸੀਂ ਆਪਣੇ ਆਪ ਨੂੰ ਉੱਥੇ ਬਿਠਾਓਗੇ ਉੱਥੇ ਬੈਠ ਕੇ ਸਿਮਰਨ ਕਰੋ ਉੱਥੇ ਬੈਠ ਕੇ ਸ਼ਬਦ ਸੁਣੋ ਉੱਥੇ ਬੈਠ ਕੇ ਤੁਹਾਡੀ ਚੜਾਈ ਹੋਏਗੀ ਬਾਹਰ ਨਹੀਂ ਹੋਏਗੀ ਇਹ ਗੱਲ ਮੈਂ ਖਾਸ ਇਸ ਪਿਛੇ ਗੜੀਮੁੜੀ ਕਰਨ ਹੈ ਕਿਉਂਕਿ ਬਹੁਤ ਸਾਰੇ ਮੇਰੇ ਬਿੱਤਰ ਅੱਖਾਂ ਮੀਟ ਕੇ ਬੰਦੇ ਰਹੇ ਤੇ ਕੁਛ ਨਹੀਂ ਮਿਲਿਆ ਤੇ ਫਿਰ ਉਹ ਮੇਰੇ ਨਾਲ ਆਪਣਾ ਦੁੱਖ ਵੰਡਦੇ ਆ ਕਿ ਜੀ ਇਹ ਤਾਂ ਅਸੀਂ ਭਜਨ ਤਾਂ ਲਿਆ ਹੋਇਆ ਸੀ ਕੁਛ ਨਦਰ ਨਾ ਅੰਦਰ ਨਜ਼ਰ ਆਇਆ ਨਾ ਬਾਹਰ ਕੁਛ ਹੋਇਆ ਸਾਨੂੰ ਕੀ ਮਿਲਿਆ ਉਹ ਗੁਰੂਆਂ ਤੇ ਆਪਣਾ ਜਿਹੜਾ ਫੇਥ ਆ ਉਹ ਵੀ ਘਟ ਘਟ ਜਾਂਦੇ ਕਿ ਜੀ ਪਤਾ ਨਹੀਂ ਸਾਡੇ ਉੱਤੇ ਦਇਆ ਨਹੀਂ ਹੋਈ ਪਤਾ ਨਹੀਂ ਸਾਡੇ ਕਰਮ ਬਹੁਤ ਮਾੜੇ ਸੀ ਕਿ ਸਾਨੂੰ ਕੁਛ ਨਹੀਂ ਮਿਲਦਾ ਪਿਆ ਨਹੀਂ ਜਿਹੜੀ ਪਹਿਲੀ ਗਲਤੀ ਹੋਈ ਹੈ ਉਹ ਨੂੰ ਤਾਂ ਠੀਕ ਕਰੋ ਪਹਿਲੀ ਗਲਤੀ ਐਸੀ ਕਿ ਅਸੀਂ अपना भजन सिमरन अंदर बैठ के शुरू नहीं ਕੀਤਾ ਸਵੈਸ ਕਰਕੇ ਇਹ ਮੇਰੀ ਅਰਦਾਸ ਹੈ ਤੁਹਾਨੂੰ ਕਿ ਜੇ ਤੁਸੀਂ ਭਜਨ ਦਾ ਫਾਇਦਾ ਉਠਾਣਾ ਹੈ ਤੇ ਪਹਿਲਾਂ ਅੱਖਾਂ ਦੇ ਪਿੱਛੇ ਬੈਠੋ اور سمجھ لو کہ میں ਅੱਖਾਂ پیچھے بیٹھا ਤਾਂ ਤੁਸੀਂ ਉਹਦੇ ਬਾਅਦ सिमरਨ شروع ਕਰੋ ਉਹਦੇ ਬਾਅਦ ਭਜਨ ਕਰੋ ਮੈਂ ਆ ਕੇ ਅਮਰੀਕਾ ਚ ਕਿਸੇ ਨੂੰ ਮੈਂ ਗੱਲ ਕਹੀ ਕਹਿਣ ਲੱਗੇ ਇਹ ਕਿੱਥੇ ਲਿਖਿਆ ਹੋਇਆ ਅਖਬਾਰ ਕਿਸੇ ਕਿਤਾਬ ਵਿੱਚ ਲਿਖਿਆ ਹੈ ਕਹਿੰਦੇ ਸਾਡੇ ਕੋਲ ਕਿਤਾਬ ਹੈਗੀ ਹੈ ਵੱਡੇ ਮਹਾਰਾਜ ਦੀ ਬਾਬਾ ਸਾਵਨ ਸਿੰਘ ਦੀ ਸਪਿਰਚੁਅਲ ਜੈਮਸ ਅਸੀਂ ਤਾਂ ਰੋਜ਼ ਪੜਨੇ ਆ ਲੈਟਰਸ ਹੈਗੇ ਅਮਰੀਕਾ ਵਾਸਤੇ ਲੈਟਰਸ ਹੈਗੇ ਆ ਤੇ ਉਹ ਦਿੱਖਤੇ ਨਹੀਂ ਲਿਖਿਆ ਹੋਇਆ ਮੈਂ ਕਿਹਾ ਦਿਖਾਓ ਮੈਂ ਤਾਂ ਪੜੀ ਨਹੀਂ ਕਦੀ ਕਿਤਾਬ ਮੈਂ ਨਾ ਇੱਥੇ ਅਮਰੀਕਾ ਆ ਕੇ ਕਿਤਾਬ ਪੜੀ ਤੇ 16 ਜਗ੍ਹਾ ਮਾਰਕ ਕੀਤਾ ਜਿੱਥੇ ਵੱਡੇ ਮਹਾਰਾਜ ਨੇ ਕਿਹਾ ਜਦ ਤੱਕ ਤੁਸੀਂ ਅੱਖਾਂ ਦੇ ਪਿੱਛੇ ਨਾ ਬੈਠੋ ਭਜਨ ਸਿਮਰਨ ਸ਼ੁਰੂ ਨਹੀਂ ਕਰਨਾ ਚਾਹੀਦਾ ਉਹ ਕਿਤਾਬ 'ਚ ਲਿਖਿਆ ਹੋਇਆ ਹੈ ਪੜਦੇ ਨਹੀਂ ਅਸੀਂ ਉਹ ਚੀਜ਼ ਪੜਨੇ ਏ ਸਾਡੇ ਸਾਡੇ ਮਨ ਨੂੰ ਪਾਵੇ ਅਸੀਂ ਅਸਲ ਚੀਜ਼ ਨਹੀਂ ਪੜਦੇ ਇਸ ਕਰਕੇ ਮੈਂ ਇਸ ਕੱਲ ਤੇ ਜ਼ੋਰ ਦਿੱਤਾ ਸੀ ਕਿ ਤੁਸੀਂ ਆਪਣਾ ਪਹਿਲਾ ਅੱਖਾਂ ਦੇ ਪਿੱਛੇ ਬੈਠੋ ਆਪਣਾ ਨੂੰ ਆਪਣਾ ਨੂੰ ਬਣਾ ਲਓ ਮੰਦਰੈ ਨੂੰ ਬਣਾ ਲਓ ਮਸਜਿਦੈ ਨੂੰ ਬਣਾ ਲਓ ਸਭਨਾ ਚਰਚੈ ਨੂੰ ਬਣਾ ਲਓ ਜੋ ਕੁਝ ਕਰਨਾ ਹੈ ਇੱਥੇ ਕਰੋ ਬਾਹਰ ਨਹੀਂ ਕੁਛੇਗਾ ਬਾਹਰ ਬੈਠਣ ਨਾਲ ਬਾਹਰ ਗਲਦੀਆਂ ਰੱਖਣੀਆਂ ਨਵੀਆਂ ਬਾਹਰ ਨਵੇਂ ਕਾਰਪਟ ਰੱਖ ਲੈਣੇ ਕਿ ਜੀ ਭਜਨ ਵਾਸਤੇ ਹੈ ਉਹ ਕੋਈ ਕੰਮ ਨਹੀਂ ਆਉਂਦੇ सारा ध्यान होना चले जाएँ जो कारपेट बिछा है ना चंगा कारपेट अंदर बछाओ तो नजर आवे अपने सोच के नाल कि हाँ अंदर साढ़े कोरपेट भी है कुर्सी भी है उत्तर बैठ सकने बड़े आराम जमीन पर बैठ हैं अंदर छवी मंदिर बैठो अंदर तो फिर भजन सिंह शुरू करो थैंक यू वेरी मच फॉर योर पेशेंस